परमिंदर सिंह टिंडसा साडे नाल जुड़े ने श्रोमणी अकाली दल तो। टिंडसा साहब बहुत बहुत स्वागत है। सुखबीर बादल होरां दा अज बयान आया, सुनिया होना तुसी, उन्होंने कहा कि जे मेरे तो कोई गलतियां हुई हैं तो मैं उसकी माफ़ी मांगदा, पर जिहड़े भी आगू पिछले समय च छड़ के गए ने उन्हां नूं घर वापसी करनी चाहिए है। किस तरीके नाल देखते हो इस बयान नूं? विनयपाल जी, पहले तो धन्यवाद है तुहाडा। देखो, पहली गल यह है भी जिहड़ी असीं पार्टी चों सानूं कढ़िया गया है, ਅਸੀਂ ਕੁਝ ਇਸ਼ੂਜ਼ ਰੇਜ਼ ਕੀਤੇ ਸੀ ਪਾਰਟੀ 'ਚ, ਕੁਝ ਮੁੱਦੇ ਚੱਕੇ ਸੀਗੇ ਪਾਰਟੀ ਨੂੰ ਸੁਧਾਰਨ ਵਾਸਤੇ, ਪਾਰਟੀ ਨੂੰ ਇੰਪਰੂਵ ਕਰਨ ਲਈ, ਤੇ ਉਹ ਉਹਨਾਂ ਨੂੰ ਚੰਗੇ ਨਹੀਂ ਲੱਗੇ, ਉਹਨਾਂ ਨੇ ਸਾਨੂੰ ਨੋਟਿਸ ਕੱਢਿਆ, ਪਾਰਟੀ 'ਚੋਂ ਕੱਢਤਾ। ਤੇ ਹੁਣ ਅੱਜ ਉਹ ਸੱਦਾ ਦੇ ਰਹੇ ਨੇ ਕਿ ਪਾਰਟੀ ਦੇ ਵਿੱਚ ਜਿਹੜੇ ਅਸੀਂ ਗੱਲਾਂ ਕੀਤੀਆਂ ਕਿ ਉਹ ਸੁਧਾਰ ਹੋਇਆ, ਕਿ ਪਾਰਟੀ ਆਪਦੀਆਂ ਜਿਹੜੀਆਂ ਸਿਧਾਂਤਕ ਲੀਹਾਂ 'ਤੇ ਵਾਪਸ ਆਈ ਹੈ, ਕਿ ਪਾਰਟੀ ਦੀ ਫੰਕਸ਼ਨਿੰਗ ਸੁਧਾਰ ਹੋਇਆ, ਕੀ ਪਾਰਟੀ ਨੇ ਆਪਦੀਆਂ ਗਲਤੀਆਂ ਅਹਿਸਾਸ ਉਹਨਾਂ ਦਾ ਕੀਤਾ ਜਾਂ ਉਹਨਾਂ ਨੂੰ ਉਹਨਾਂ ਵਾਸਤੇ ਕੋਈ ਗਲਤੀ ਮੰਨੀ ਆਪਦਾ। ਸੋ ਗੱਲਾਂ ਤਾਂ ਉੱਥੇ ਦੀਆਂ ਉੱਥੇ ਨੇ ਜੀ, ਤੁਸੀਂ ਕੋਈ ਅਸੀਂ ਕੋਈ ਉਹਨਾਂ ਨਾਲ ਨਿੱਜੀ ਲੜਾਈ ਕਰਕੇ ਥੋੜ੍ਹਾ ਪਾ ਰਹੇ ਹਾਂ, ਕੋਈ ਸਿਧਾਂਤਕ ਮਤਭੇਦ ਸੀ ਤਾਂ ਕਰਕੇ ਜਿਹੜਾ ਹੈ ਅਸੀਂ ਉਹ ਮੁੱਦੇ ਚੱਕੇ ਸੀ, ਉਹਦੇ ਕਰਕੇ ਸਾਨੂੰ ਪਾਰਟੀ 'ਚੋਂ ਕੱਢਿਆ ਗਿਆ। ਸੋ ਸਿਰਫ ਇੰਨੇ ਕਹਿਣ 'ਤੇ ਵਿੱਚ, ਕਿਉਂਕਿ ਹੁਣ ਚਲੋ ਜੇ ਹੋ ਗਿਆ ਜੀ ਉਹਨੂੰ ਵਾਪਸ ਆ ਜਾਓ, ਇਹ ਤਾਂ ਜਿਹੜਾ ਹੈ ਇਹ ਤਾਂ ਪੋਸੀਬਲ ਨਹੀਂ ਹੁੰਦਾ। ਨਹੀਂ, ਪਰ ਦੋ ਤਿੰਨ ਵਾਰ ਟਿੰਡਸਾ ਸਾਹਿਬ ਸੁਖਬੀਰ ਬਾਦਲ ਇਹ ਗੱਲ ਕਹਿ ਚੁੱਕੇ ਨੇ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਭੋਗ 'ਤੇ ਵੀ ਉਹਨਾਂ ਨੇ ਕਿਹਾ ਕਿ ਜੇ ਮੇਰੇ ਤੋਂ ਕਿਸੇ ਤਰੀਕੇ ਦੀ ਗਲਤੀ ਹੋਈ ਹੈ ਤਾਂ ਮੈਂ ਪੰਥ ਤੋਂ ਮਾਫ਼ੀ ਚਾਹੁੰਦਾ, ਸਮੁੱਚੇ ਖਾਲਸਾ ਪੰਥ ਤੋਂ। ਅੱਜ ਵੀ ਉਹੀ ਗੱਲ ਕਰ ਰਹੇ ਸੀ। ਸੋ ਤੁਸੀਂ ਸਮਝਦੇ ਹੋ ਵੀ ਸੁਖਬੀਰ ਬਾਦਲ ਉਹਨਾਂ ਚੀਜ਼ਾਂ ਨੂੰ ਰਿਅਲਾਈਜ਼ ਕਰਦੇ ਨੇ ਜੇ ਪਿਛਲੇ ਸਮੇਂ ਦੇ ਵਿੱਚ ਕੋਈ ਜਿਹੜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਾਰਟੀ ਦੇ ਵਿੱਚ ਕੁਛ ਸੁਧਾਰਾਂ ਦੀਆਂ ਗੱਲਾਂ ਕੀਤੀਆਂ ਸੀ? ਦੇਖੋ, ਰਿਅਲਾਈਜ਼ ਤਾਂ ਜੀ ਤੁਸੀਂ ਇਕੱਲਾ ਵਰਡਸ ਨਾਲ ਹੀ ਨਾ ਰਿਅਲਾਈਜ਼ ਤਾਂ ਹੋਊਗਾ ਜੀ, ਐਕਸ਼ਨ 'ਚ ਬੰਦੇ ਦੇ ਇਹ ਦੱਸ ਦਿਖਾਉਣ ਵੀ ਵਾਕਈ ਰਿਅਲਾਈਜ਼ ਕੀਤਾ ਹੈਗਾ। ਉਹਨਾਂ ਨੇ ਆਪਦੀ ਕਮੇਟੀ ਬਣਾਈ, ਕਿਸ ਤਰੀਕੇ ਦੇ ਐਕਸ਼ਨ ਤੁਸੀਂ ਸਮਝਦੇ? ਤੁਸੀਂ ਆਪ ਦੇਖੋ, ਉਹਨਾਂ ਨੇ ਆਪ ਕਮੇਟੀ ਬਣਾਈ ਸੀ ਇੱਕ ਇਲੈਕਸ਼ਨ ਦੀ ਹਾਰ ਤੋਂ ਬਾਅਦ, ਉਹ ਕਮੇਟੀ ਦੀ ਰਿਪੋਰਟ ਨੂੰ ਕਿਹਾ ਸੀ ਵੀ ਅਸੀਂ ਇਹ ਕਮੇਟੀ ਦੀ ਰਿਪੋਰਟ ਜਿਹੜੀ ਸਾਨੂੰ ਦਿਓਗੇ ਉਹਨੂੰ ਲਾਗੂ ਕਰਾਂਗੇ। ਝੁੰਦਾ ਕਮੇਟੀ ਬਣੀ, ਉਹਨੇ ਰਿਪੋਰਟ ਦਿੱਤੀ, ਦੱਸੋ ਲਾਗੂ ਹੋਈ, ਸੁਧਾਰ ਕਿੱਧਰੋਂ ਹੋਇਆ? ਕੋਈ ਮਤਲਬ ਇਸ ਕਰਕੇ ਇਹ ਸਿਰਫ ਇੱਕ ਸੁਪਰਫਿਸ਼ੀਅਲ ਗੱਲਾਂ ਨੇ ਇਹ, ਜੇ ਨਾ ਤਾਂ ਇਹ ਕੋਈ ਦਿਲੋਂ ਕਹੀ ਗਈ ਗੱਲ ਹੈ, ਨਾ ਇਹ ਮੈਂ ਸਮਝਦਾ ਵੀ ਇਹ 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 'ਤੇ ਕੋਈ ਸਾਡੀ ਕੋਈ ਐਡੀ ਟਿੱਪਣੀ ਵੀ ਕਰਨੀ ਬਣਦੀ ਹੈ, ਕਿਉਂਕਿ ਇਹ ਜਦ ਤੱਕ ਐਕਚੁਅਲ ਨਹੀਂ। ਤੁਸੀਂ ਲੋਕ ਜਾਂ ਹੋਰ ਜਿਹੜੇ ਵੀ ਅਕਾਲੀ ਦਲ ਨੂੰ ਛੱਡ ਕੇ ਗਏ ਨੇ ਜਾਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਸੁਧਾਰਾਂ ਦੀ ਗੱਲ ਕਰਦੇ ਸੀ, ਕੀ ਮਸਲਾ ਇਹ ਸੀ ਕਿ ਸੁਖਬੀਰ ਬਾਦਲ ਆਪਣਾ ਅਹੁਦਾ ਛੱਡ ਕੇ ਪਾਸੇ ਹੋ ਜਾਣ, ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਦੇਣ? ਕੋਈ ਮਸਲਾ ਇਹ ਸੀਗਾ ਵੀ ਜੀ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਲੈਕਸ਼ਨ 'ਚ ਹਾਰ ਦੀ। ਦੇਖੋ, ਜੇ ਕੋਈ ਇਲੈਕਸ਼ਨ ਹੋਈ ਹੈ ਉਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਕਿਉਂਕਿ ਆਖਰ ਜੇ ਜਿੱਤਦਾ ਕੋਈ ਜਿੱਤ ਹੁੰਦੀ ਹੈ ਉਹਦਾ ਕ੍ਰੈਡਿਟ ਵੀ ਪਾਰਟੀ ਦੇ ਪ੍ਰਧਾਨ ਨੂੰ ਮਿਲਦਾ, ਜੇ ਹਾਰ ਹੁੰਦੀ ਹੈ ਉਹਦਾ ਵੀ ਪਾਰਟੀ ਦੇ ਪ੍ਰਧਾਨ ਨੂੰ ਮਿਲਦਾ। ਜਿਹੜੀਆਂ ਕੋਈ ਹੋਰ ਵੀ ਗੱਲਾਂ ਜਿਹੜੀਆਂ ਅੰਦਰ ਪਾਰਟੀ ਦੇ ਵਿੱਚ ਕੋਈ ਗੱਲਾਂ ਕਹੀਆਂ ਗਈਆਂ ਸੁਧਾਰ ਵਾਸਤੇ, ਉਹਨਾਂ 'ਤੇ ਵੀ ਕੋਈ ਐਕਸ਼ਨ ਨਹੀਂ ਹੋਇਆ। ਤੇ ਤੁਸੀਂ ਅੱਜ ਦੇਖ ਲਓ, ਜੇ ਉਦੋਂ ਕੀਤਾ ਹੁੰਦਾ, ਅਸੀਂ ਕੋਈ ਢਿੰਦਰ ਸਾਹਿਬ ਨੇ ਇਹ ਨਹੀਂ ਸੀ ਕਿਹਾ ਵੀ ਮੈਨੂੰ ਬਣਾਓ ਕੁਛ, ਆ ਉਹ ਕਹਿੰਦੇ ਸੀ ਵੀ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਬਾਦਲ ਸਾਹਿਬ ਵੀ ਤੁਸੀਂ ਇਸ ਕਮਾਂਡ ਆਪਦੇ ਹੱਥ 'ਚ ਲੈ ਲਓ ਅਤੇ ਆਪਾਂ ਪਾਰਟੀ ਦੁਬਾਰੇ ਖੜੀ ਕਰ ਲਈਏ। ਉਹਨਾਂ ਨੇ ਗੱਲਾਂ ਨਹੀਂ ਚੰਗੀਆਂ ਲੱਗੀਆਂ, ਅੱਜ ਉਹੀ ਗੱਲ ਝੁੰਦਾ ਰਿਪੋਰਟ ਨੇ ਕੀਤੀ ਹੈ, ਦੱਸੋ ਕੋਈ ਐਕਸ਼ਨ ਹੋਇਆ ਉਹਦੇ 'ਤੇ? ਮਜ਼ਬੂਤੀ ਲਈ ਕੋਈ ਜਿਹੜਾ ਹੈ ਜੇ ਆਪਾਂ ਕਹੀਏ ਵੀ ਕੀ ਪਾਰਟੀ 'ਚ ਕੋਈ ਹੋਰ ਬੰਦਾ ਹੈ ਹੀ ਨੀ ਜਿਹੜਾ ਕੋਈ ਅਗਵਾਈ ਕਰ ਸਕਦਾ, ਕਿ ਮਤਲਬ ਪਾਰਟੀ ਸ਼੍ਰੋਮਣੀ ਅਕਾਲੀ ਦਲ ਐਡੀ ਵੱਡੀ ਪੁਰਾਣੀ ਬੱਤੀ ਹੈ ਵੀ ਇੰਨੀ ਬੈਂਕਰਪਟ ਹੋ ਗਈ ਵੀ ਕਿਸੇ ਕੋਲ ਕਾਬਲੀਅਤ ਹੀ ਨੀ ਵੀ ਪਾਰਟੀ ਦੀ ਅਗਵਾਈ ਕਰ ਸਕਦੀ। ਤੇ ਨਾਲੇ ਜੇ ਪਾਰਟੀ ਦੇਖੋ, ਬੰਦਾ ਇੱਕ ਵਾਰੀ ਅਖਲਾਕੀ ਜ਼ਿੰਮੇਵਾਰੀ ਲਵੇ, ਜੇ ਪਾਰਟੀ ਦੁਬਾਰੇ ਪ੍ਰਧਾਨ ਕਿਸੇ ਨੂੰ ਬਣਾਉਂਦੀ ਹੈ ਕੋਈ ਗੱਲ ਨਹੀਂ, ਪਰ ਇੱਕ ਵਾਰੀ ਤਾਂ ਬੰਦੇ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਨਾ। ਜੇ ਕੱਲ੍ਹ ਨੂੰ ਪਾਰਟੀ ਦੁਬਾਰੇ ਇਲੈਕਸ਼ਨ ਹੁੰਦੀ ਹੈ, ਪ੍ਰੋਸੈਸ ਹੁੰਦਾ ਪਾਰਟੀ ਦਾ, ਬੰਦੇ ਦੀ ਚੋਣ ਹੁੰਦੀ ਹੈ, ਚੋਣ 'ਚ ਕੋਈ ਕਿਸੇ ਨੂੰ ਬਣਾ ਦੇ ਦੁਬਾਰੇ ਚੁਣੇ ਜਾਵੇ, ਉਹ ਦੈਟ ਇਜ਼ ਅ ਸੈਪਰੇਟ ਇਸ਼ੂ। ਸੋ ਤੁਸੀਂ ਅੱਜ ਦੀ ਤਰੀਕ 'ਚ ਸਮਝਦੇ ਹੋ ਇਹਨਾਂ ਚੀਜ਼ਾਂ ਦੀ ਗੁੰਜਾਇਸ਼ ਹੈ ਹਲੇ ਵੀ? ਦੇਖੋ, ਗੁੰਜਾਇਸ਼ ਕਿਉਂ ਨਹੀਂ ਹੈ, ਜੇ ਪਾਰਟੀ ਨੂੰ ਬਚਾਉਣਾ ਤਾਂ ਗੁੰਜਾਇਸ਼ ਤਾਂ ਇਹੀ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਸੀ ਜਿਹੜੀ ਪੰਜਾਬ ਦੀ ਗੱਲ ਕਰਦੀ ਸੀ, ਪੰਜਾਬ ਦੇ ਹਿੱਤਾਂ ਦੀ ਸੀ, ਅਤੇ ਜੇ ਅੱਜ ਉਸ ਪਾਰਟੀ ਨੂੰ ਬਚਾਉਣਾ ਹੈ ਤਾਂ ਜਿਹੜੇ ਨੇ ਇਹ ਕੁਛ ਕਦਮ ਤਾਂ ਇਹੋ ਜਿਹੇ ਚੱਕਣੇ ਪੈਣੇ ਨੇ।
ठीक है, धन्यवाद ढींडसा साहब साढ़े नाल जुड़न लई, अपनी गल रखन लई। परमिंदर सिंह ढींडसा सबका खजाना मंत्री रह चुके ने, श्रोमणी अकाली दल दे वड्डे आगुआं दे विच शुमार रहे ने, और अज उन्हां वल्लों साफ तौर पर यह गल कही गई है कि असी चोणां वेले कुछ मुद्दे चक्के सी, चोणां तो बाद भी जो उस वेले उन्होंने कहा कि पार्टी च असी फिर बदल चाहते सी, और उत्थे उस बदलाव का मतलब जिहड़ी गल कई बार कोई दबी जबान च कह दिंदा है ते कोई सीधे तौर पर कह दिंदा है कि उस वेले ये मंग पार्टी दे विच या जेडे आगू गए ने उन्होंने ये मंग रखी कि सुखबीर बादल अपना प्रधानगी दा उहदा छड के एक बारी पासे हो जाण ते किसे होर नूं ये जिम्मेवारी संभाल देण, जिसका जिक्र अज भी परमिंदर ढींडसा कर रहे ने। पर दूजे पासे सुखबीर बादल ने जेडे छड के गए ने आगू उन्होंने ये अपील की है कि वह पार्टी दे विच वापस आउण, पर वह आगू किते ना किते कह रहे ने कि ये जुबानी गल्लां ने, सिर्फ ये एक दिखाने के लिए गल्लां कीतियां जा रही ने, असल दे विच इन्हां ते अमल नहीं किया जा रहा। ये उन्हां आगुआं का कहना है जिहड़े पार्टी छड के पिछले समयां दे विच पार्टी तो वखरे हुए ने।